ਅਨੁਸੂਚਿਤ ਜਾਤੀ ਜਥੇਬੰਦੀਆਂ ਦੇ ਵੱਲੋਂ ਅੱਜ ਯਾਨੀ ਕਿ 12 ਜੂਨ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜੋ ਕਿ ਹੁਣ ਵਾਪਿਸ ਲੈ ਲਿਆ ਗਿਆ ਹੈ। ਜਥੇਬੰਦੀ ਦੇ ਆਗੂਆਂ ਦੀ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਬੰਦ ਦਾ ਸੱਦਾ ਫਿਲਹਾਲ ਵਾਪਿਸ ਲੈ ਲਿਆ ਹੈ। ਇਸ ਤੋਂ ਇਲਾਵਾ ਇਸ ਮੌਕੇ ਦੇ ਉੱਪਰ ਅਨੁਸੂਚਿਤ ਜਾਤੀ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਕੀ ਕਿਹਾ ਗਿਆ ਅਤੇ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਆਪਣੀ ਆਵਾਜ਼ ਬੁਲੰਦ ਕੀਤੀ ਗਈ ਹੈ, ਆਓ ਸੁਣਦੇ ਹਾਂ। ਸਾਰਿਆਂ ਨੂੰ ਜੈ ਭੀਮ, ਜੈ ਭਾਰਤ। ਜਿਹੜੀ ਜਲੰਧਰ ਬੰਦ ਦੀ ਕੌਲ ਵਾਲਮੀਕ ਟੈਗਰ ਫੋਰਸ ਵੱਲੋਂ ਦਿੱਤੀ ਗਈ ਸੀਗੀ ਪੋਸਟ ਮੈਟ੍ਰਿਕ ਸਕੋਲਰਸ਼ਿਪ ਨੂੰ ਲੈ ਕੇ, ਔਰ ਜੋ ਪ੍ਰਸ਼ਾਸਨ ਵੱਲੋਂ ਵਿਦਿਆਰਥੀ ਦੇ ਨਾਲ ਲਾਠੀਚਾਰਜ ਹੋਇਆ ਸੀ ਔਰ ਪੁਲਿਸ ਕਮਿਸ਼ਨਰ ਜਲੰਧਰ ਵੱਲੋਂ ਜੋ ਮੀਟਿੰਗ ਦੇ ਵਿੱਚ ਉਹ ਨਹੀਂ ਪਹੁੰਚੇ ਜਿਸ ਕਾਰਨ ਸਮਾਜ ਨਾਰਾਜ਼ ਹੋਇਆ ਔਰ ਮੀਟਿੰਗ ਦਾ ਬਾਈਕਾਟ ਹੋਇਆ ਸੀ। ਉਸ ਸੰਬੰਧ ਦੇ ਵਿੱਚ ਜਲੰਧਰ ਬੰਦ ਦੀ ਕੌਲ ਜਿਹੜੀ ਪਹਿਲਾਂ ਆਪਾਂ ਦਿੱਤੀ ਸੀਗੀ, ਉਸ ਤੋਂ ਬਾਅਦ ਪੰਜਾਬ ਬੰਦ ਦੀ ਕੌਲ ਸੀਗੀ, ਔਰ ਪੰਜਾਬ ਬੰਦ ਜਿਹੜੀ ਕੌਲ ਦਿੱਤੀ ਸੀਗੀ ਉਹ ਹਰਨੇਕ ਪ੍ਰੋਫੈਸਰ ਜੋ ਚੰਡੀਗੜ੍ਹ ਮੋਹਾਲੀ ਤੋਂ ਉਹਨਾਂ ਨੇ ਕੌਲ ਦਿੱਤੀ, ਜੋ ਪੱਕਾ ਮੋਰਚਾ ਉਹਨਾਂ ਨੇ ਲਗਾਇਆ ਸੀਗਾ ਐਸਸੀ ਜਾਂਡੀ ਸਰਟੀਫਿਕੇਟ ਨੂੰ ਲੈ ਕੇ। ਸੋ ਉਹਨਾਂ ਨੇ ਉਹ ਵਾਪਸ ਕੌਲ ਲੈ ਲਈ ਆ। ਹਰਪਾਲ ਚੀਮਾ ਜੀ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਆ ਔਰ ਉਹਨਾਂ ਨੇ ਕਿਹਾ ਕਿ ਬੁੱਧਵਾਰ ਨੂੰ ਜਿਹੜੀ ਆ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨਾਲ ਮੀਟਿੰਗ ਉਹਨਾਂ ਦੀ ਕਰਵਾਈ ਜਾਊਗੀ। ਸੋ ਉਹਨਾਂ ਨੇ ਕੌਲ ਵਾਪਸ ਲਈ ਆ, ਪਰ ਜਲੰਧਰ ਦੀ ਜਿਹੜੀ ਬੰਦ ਦੀ ਕੌਲ ਅਸੀਂ ਵਾਪਸ ਨਹੀਂ ਲਈ ਸੀ ਵਾਲਮੀਕ ਟੈਗਰ ਫੋਰਸ ਵੱਲੋਂ। ਰਾਤੀ ਵੀ ਅਸੀਂ ਵੀਡੀਓ ਵਾਇਰਲ ਕੀਤੀ ਆ ਕਿ ਜਲੰਧਰ ਜਿਹੜਾ ਬੰਦ ਰਹੂਗਾ ਪ੍ਰੋਪਰ ਤੌਰ ਤੇ, ਪਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਸਮਾਜ ਨੂੰ ਲੈ ਕੇ ਥੋੜਾ ਜਿਹਾ ਚਿੰਤਤ ਆ ਕਿ ਸਮਾਜ ਸਟੈਂਡ ਨਹੀਂ ਕਰਦਾ। ਮੈਂ ਪੂਰੇ ਭਾਈਚਾਰੇ ਨੂੰ ਕਹਿਣਾ ਚਾਹੁੰਦਾ ਕਿ ਜਿਹੜੀ ਕੌਲ ਆਪਾਂ ਦਿੱਤੀ ਸੀ ਉੱਥੇ ਸਾਨੂੰ ਖਰੇ ਉਤਰਨਾ ਚਾਹੀਦਾ ਜੀ। ਜਿਹੜੀ ਮੀਟਿੰਗ ਆਪਾਂ ਆਰੰਭੀ ਸੀਗੀ ਔਰ ਜਿਹੜੀ ਅਸੀਂ ਕੌਲ ਦਿੱਤੀ ਪੰਜਾਬ ਲੈਵਲ ਦੀ ਵੀ ਜਲੰਧਰ ਦੀ ਵੀ, ਉਹ ਸਾਨੂੰ ਉੱਥੇ ਖਰੇ ਉਤਰਨਾ ਚਾਹੀਦਾ ਸੀਗਾ, ਬੰਦ ਰੱਖਣਾ ਚਾਹੀਦਾ। ਜਿਹੜੀ ਮੀਟਿੰਗ ਮੁੱਖ ਮੰਤਰੀ ਨਾਲ ਕਰਨੀ ਸੀ ਉਹ ਬਾਅਦ ਵਿੱਚ ਆਪਾਂ ਕਰ ਸਕਦੇ ਸੀਗੇ, ਕਿਉਂਕਿ ਉਹਨਾਂ ਨੂੰ ਵੀ ਚਾਹੀਦਾ ਸੀ ਜਦੋਂ 3 ਦਿਨਾਂ ਤੋਂ ਪਹਿਲਾਂ ਦਾ ਟਾਈਮ ਦਿੱਤਾ ਸਾਡੇ ਨਾਲ ਮੀਟਿੰਗ ਪਹਿਲਾਂ ਕਰ ਲੈਂਦੇ। ਸੋ ਇਹ ਜਿਹੜਾ ਨਾ ਕੰਮ ਮਾੜਾ ਹੋਇਆ ਔਰ ਜੇ ਸਾਡੀ ਸੁਣਵਾਈ ਨਾ ਹੋਈ ਤਾਂ ਫਿਰ ਦੁਬਾਰਾ ਬੰਦ ਦੀ ਕੌਲ ਦਿੱਤੀ ਜਾਊਗੀ। ਔਰ ਜਲੰਧਰ ਦੀ ਜਿਹੜੀ ਬੰਦ ਦੀ ਕੌਲ ਅਸੀਂ ਵਾਪਸ ਤਾਂ ਲੈ ਰਹੇ ਹਾਂ ਕਿ ਜਲੰਧਰ ਵਾਸੀ ਕਨਫਿਊਜ਼ ਹੋਏ ਪਏ ਆ। ਬਹੁਤ ਵਧੀਆ ਦੁਕਾਨਦਾਰ ਆ, ਵਪਾਰੀ ਲੋਕ ਆ ਔਰ ਬਹੁਤ ਵਧੀਆ ਲੋਕ ਆ ਜਲੰਧਰ ਵਾਸੀ ਸਾਡੇ ਸ਼ਹਿਰ ਦੇ, ਜਿਹੜੇ ਕਿ ਹਰ ਧਰਮ ਦੇ ਲੋਕ ਆ, ਸਾਡੇ ਨਾਲ ਟਾਈ ਅਪ ਰਹਿੰਦੇ ਆ, ਹਰ ਧਰਮ ਦੇ ਨਾਲ ਸਾਡਾ ਪਿਆਰ ਆ ਔਰ ਸਾਰੇ ਇੱਕ ਦੂਜੇ ਨਾਲ ਖੜਦੇ ਆ। ਸੋ ਜਲੰਧਰ ਵਾਸੀਆਂ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਸੱਦੇ ਦੇ ਇਹ ਬੰਦ ਦਾ ਐਲਾਨ ਕੀਤਾ ਸਾਰੇ ਮਾਰਕੀਟਾਂ ਦੇ ਪ੍ਰਧਾਨਾਂ ਨੇ, ਔਰ ਉਹ ਕਨਫਿਊਜ਼ ਹੋਏ ਪਏ ਆ ਕਿ ਪੰਜਾਬ ਦੀ ਜਿਹੜੀ ਕੌਲ ਵਾਪਸ ਲਈ ਗਈ ਆ ਉਹ ਸਾਨੂੰ ਪੁੱਛ ਰਹੇ ਵਾਰ ਵਾਰ ਖੋਲੀਏ ਨਾ ਖੋਲੀਏ। ਫਿਰ ਅਸੀਂ ਆਪਸ ਵਿੱਚ ਅਸੀਂ ਆਪਣੇ ਸੰਗਠਨ ਨਾਲ ਵਾਈਸ ਪ੍ਰਧਾਨ ਵਿੱਕੀ ਚੀਤਾ ਔਰ ਅਸੀਂ ਸਾਰੇ ਮੈਂਬਰਾਂ ਦੇ ਨਾਲ ਟੈਗਰ ਫੋਰਸ ਦੇ ਅਸੀਂ ਇਕੱਠੇ ਸਲਾਹ ਕਰਕੇ ਅਸੀਂ ਜਿਹੜੀ ਕੌਲ ਆ ਜਲੰਧਰ ਦੀ ਉਹ ਫਿਰ ਅਸੀਂ ਵਾਪਸ ਮਜ਼ਬੂਰਨ ਸਾਨੂੰ ਵਾਪਸ ਲੈਣੇ ਪਈ ਆ, ਕਿਉਂਕਿ ਸ਼ਹਿਰ ਵਾਸੀ ਵੀ ਅਸੀਂ ਨਾਲ ਜੋੜਨੇ ਆ ਔਰ ਉਹਨਾਂ ਦੇ ਕਰਕੇ ਹੀ ਜਿਹੜੀ ਸਾਡੀ ਆਵਾਜ਼ ਆ ਔਰ ਉੱਪਰ ਤੱਕ ਪਹੁੰਚਦੀ। ਤਾਂ ਇਸ ਸਾਰੀ ਦੀ ਸਾਰੀ ਗੱਲਬਾਤ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ। ਬਿਊਰੋ ਰਿਪੋਰਟ, ਵਰਲਡ ਪੰਜਾਬੀ ਡਿਜੀਟਲ।